ਜਾਂਦੇ ਆਪਾਂ ਯੂਨੀਵਰਸਿਟੀ 'ਚੋਂ ਮਾਨਸੇ ਵਾਲੇ ਭਜਾਏ ਨੇ ਨਾ ਯੂਨੀਵਰਸਿਟੀ 'ਚ ਮਾਹੌਲ ਸ਼ਾਂਤ ਜਿਹਾ ਹੋ ਗਿਆ ਨਾਲੇ ਹੁਣ ਆਪਣੀ ਦੁਬਾਰਾ ਦਹਿਸ਼ਤ ਜੀ ਪੈਣ ਲੱਗ ਗਈ ਕਾਹਦੀ ਦਹਿਸ਼ਤ ਪੈਣ ਲੱਗ ਗਈ ਯਾਰ ਦੋ ਬੰਦੇ ਮਾਰਤੇ ਉਹਨਾਂ ਨੇ ਆਪਣੇ ਉਹ ਕੋਈ ਨਹੀਂ ਮਾਰ ਦਾਂਗੇ ਉਹਨਾਂ ਦੇ ਵੀ ਸਬਰ ਰੱਖ ਸਾਰਾ ਕੁਝ ਸਮੇਂ ਨਾਲ ਹੁੰਦਾ ਹੁੰਦਾ ਹੈਲੋ ਹਾਂ ਲੈ ਬੱਸ ਆ ਗਏ ਉੱਥੇ ਰੁਕ ਕੀ ਹੋ ਗਿਆ ਭਾਈ ਉਹਨਾਂ ਨੇ ਬੰਦਾ ਦੇਖ ਲਿਆ ਉਹਨਾਂ ਦਾ ਇੱਕ ਉੱਥੇ ਮਟੋਡੇ ਪਿੰਡ ਖੜਾ ਚਲੋ ਫਿਰ ਚੱਲੀਏ ਚਲੋ ਫਿਰ ਚਲੋ ਚਲੋ गल सुन लो मेरी बंदा अज बट के तोरना बच के नहीं जाना चाहिए बंदा उन्होंने ग्रुप का चाहे छोटा चाहे बड़ा साला छेक तो लगू ही लगू ਦਾਬਨਾ ਬਾਈ ਅੱਧਾ ਕੰਧਾ ਨੇ ਕੁੱਤੀਆਂ ਚਾੜ ਦਾਂਗੇ ਚਲਾ ਜਾਓ ਫਿਰ ਚੱਲੀਏ ਚਲੋ ਧੰਨਵਾਦ ਬਾਈ ਤੇਰਾ ਤਾਂ ਯਾਰ ਰਾਤ ਪੁਲਿਸ ਤੋਂ ਬਚਾ ਲਿਆ ਨਹੀਂ ਕਿੱਥੇ ਭੱਜੇ ਫਿਰਦੇ ਸੀ ਕੋਈ ਚੱਕਰ ਨਹੀਂ ਬਾਬੇ ਤੇ ਜੀ ਆਪਣਾ ਭਾਈ ਹੋ ਇਕੱਠੇ ਰਿਹਾ ਯੂਨੀਵਰਸਿਟੀ 'ਚ ਕੋਈ ਚੱਕਰ ਨਹੀਂ ਆ ਜਾ ਕਰੋ ਜਦ ਲੋੜ ਹੁੰਦੀ ਹੈ ਦੱਸ ਦਿਆ ਹਾਂ ਕੋਈ ਨਹੀਂ ਕੋਈ ਨਹੀਂ ਆ ਜਾ ਕਰੋ ਕੋਈ ਨਾ ਉਰੀ ਉਹਨੇ ਆਪਾਂ ਪਹਿਲਾਂ ਮੈਂ ਵੀ ਯੂਨੀਵਰਸਿਟੀ ਹੁੰਦਾ ਸੀ ਤੇਜੀ ਉਹਨਾਂ ਕੋਲ ਹੁਣ ਬਸ ਘਰ ਦੀਆਂ ਮਜਬੂਰੀਆਂ ਮਾਰ ਕੇ ਜਿਹੜਾ ਪਿੰਡ ਰਹਿਣਾ ਪੈਂਦਾ ਕੋਈ ਨਹੀਂ ਕੋਈ ਨਹੀਂ ਹਾਂ ਚਲ ਠੀਕ ਆ ਬਾਬੇ ਚੱਲਦੇ ਆ ਫਿਰ ਮਿਲਾਂਗੇ ਓਕੇ ਓਕੇ ਬਾਈ ਜ਼ਰੂਰ ਮਾਰਾਂਗੇ ਕਿਹੜਾ ਯੂਨੀਵਰਸਿਟੀ ਨਾਲੇ ਤੇਜੀ ਪਾਸ ਮਿਲ ਕੇ ਆਵਾਂਗੇ ਓਕੇ ਬਰਦਰ ਸ਼ੇਰਾਂ ਜੀ ਝੁੰਡ ਚ ਆ ਗਿਆ ਹੁਣ ਭੱਜ ਕੇ ਜਾਊ ਕਿੱਧਰ ਤੁਸੀਂ ਐਂ ਕਰੋ ਤੁਸੀਂ ਇੱਧਰ ਦੇਖੋ ਇੱਕ ਬੰਦਾ ਖੜੋ ਗੇਟ ਤੇ ਚਲ ਆਪਾਂ ਇੱਧਰ ਦੇਖਦੇ ਹਾਂ
ਸੁੱਤਾ ਫਸ ਗਿਆ ਉਹਦੇ ਤਾਂ ਹਾਲ ਕੋਈ ਰਾਹ ਵੀ ਨਹੀਂ ਜਾਣ ਨੂੰ ਇੱਥੇ ਬੈਠੇ ਨਾ ਤੂੰ ਆਏ ਘਰ ਤੂੰ ਇੱਧਰ ਦੇਖ ਮੈਂ ਉੱਧਰ ਦੇਖਦਾ ਚੱਲ ਆ ਜਾ ਛੱਟਣਾ ਵੀ ਇੱਜ ਫੜੋ ਤੇਜੀ ਬਾਈ ਉਹਨਾਂ ਨੂੰ ਫੋਨ ਕਰਦਾ ਉਹ ਲਾਲਾ ਲਾਲਾ ਫੋਨ ਹੁਣ ਤਾਂ ਚਾਹੇ ਧਰਮਰਾਜ ਨੂੰ ਵੀ ਲਾਲਾ ਤੈਨੂੰ ਉਹ ਵੀ ਨਹੀਂ ਬਚਾ ਸਕਦਾ ਹੁਣ ਕਿੱਥੇ ਭੱਜੇਗਾ ਕੱਢੋ ਇਹਨੂੰ ਬਾਹਰ ਇੱਧਰ ਆ ਜਾ ਲਿਆਓ ਇਹਨੂੰ ਬਾਹਰ दर्दनाक मौत देनी भाजो कितने पाता हूं लैके आवाना गोली मार के सड़दा कमरे में भाई अगना सी मैं कद्दी जुकी फिरदा मैं भी मारना एक तू भी कर ला चाहो पूरा चलो मुंडे बना वीडियो ਨਾਲੇ ਸਾਲਿਆਂ ਨੂੰ ਪਤਾ ਲੱਗ ਜੂ ਵੀ ਜਿਹੜੇ ਪਦੇ ਦੇ ਗਰੁੱਪ ਨੂੰ ਕਹਿੰਦੇ ਫੱਦੂ ਸਮਝਦੇ ਤੇ ਆ ਦੇਖੋ ਵੱਡਿਆ ਪਿਆ ਇਹਦੀ ਵੀ ਵੀਡੀਓ ਬਣਾ ਆ ਦੇਖ ਲਓ ਤੁਹਾਡੇ ਨਾਲ ਦਾ ਥੱਲਿਆ ਪਿਆ ਇਹਨੂੰ ਲੈ ਜਿਓ ਨਾਲੇ ਪਤਾ ਲੱਗੂ ਤੁਹਾਨੂੰ ਵੀ ਪਦਾ ਕੀ ਚੀਜ਼ ਆ ਨਾਲੇ ਇਹਨੂੰ ਸੋਸ਼ਲ ਮੀਡੀਆ ਤੇ ਕਰਦੀ ਵਾਇਰਲ ਪਤਾ ਲੱਗ ਹੁਣ ਆਇਆ ਨਾ ਸਵਾਦ ਤੈਨੂੰ ਕਿਹਾ ਸੀ ਨਾ ਬਾਈ ਭਾਜੀ ਦੁੱਗਣੀ ਕਰਕੇ ਮੋੜਾਂਗੇ ਮੋੜਦੀ ਨਾ ਆਹੀ ਹੁੰਦੀ ਆ ਅਣਖ ਲੈ ਕਹਿੰਦਾ ਸੀ ਬੰਦਾ ਵੱਢਣਾ ਆ ਪਿਆ ਬੰਦਾ ਵੱਢਿਆ ਵੱਡਾ ਬਣਦਾ ਸੀ ਬੈਲੀ ਆਓ ਚੱਲੀਏ ਹੁਣ ਉਹ ਲਾ ਦਿਓ ਸਨੇਹੇ ਹੁਣ ਉਹਨਾਂ ਨੂੰ ਲੈ ਜਾਣਗੇ ਚਾਕੇ ਸਾਲੇ ਨੂੰ समान भेजा जी अच्छा अच्छा किधर नू हां दिख रहा ठीक आ गए अच्छा ठीक है चल कोई ना भाई की कहना सामने गली नहीं दी ਠੀਕ ਆ ਠੀਕ ਆ ਜਾ ਨੇੜੇ ਹੀ ਆ
ਹਾਂ ਭਾਈ ਐਮ ਐਲ ਏ ਦੇ ਬੰਦੇ ਤੁਸੀਂ ਹੋ ਹਾਂ ਭਾਈ ਆ ਕੱਢੋ ਫਿਰ ਮਾਲ ਕਿੱਥੇ ਆ ਵੀ ਬਿੱਲੇ ਮਾਲ ਉਹ ਪਿਓਰ ਆ ਬਾਈ ਫੁੱਲ ਮਾਲ ਤਾਂ ਬਾਈ ਪਿਓਰ ਆ ਚੰਗਾ ਫਿਰ ਚੱਲਦੇ ਆ ਉਹ ਬਾਈ ਹੈਲੋ ਪੈਸੇ ਪੈਸੇ ਤਾਂ ਅੱਜ ਤੱਕ ਦਿੱਤੇ ਨਹੀਂ ਕਿਸੇ ਨੂੰ ਇਹ ਖਡਾਉਣੇ ਖਡਾਉਣੇ ਸਾਡੇ ਕੋਲ ਵੀ ਨੇ अपने नाल चलाकी करदा ती ऐ नहीं पता भी आप ओहदे पियो आ चीज की ने बंदे ਮੈਂ ਤਾਂ ਚਿੱਟੇ ਵਾਲਾ ਪੈਕਟ ਵੀ ਖੋਣ ਲੱਗਿਆ ਤੇ ਤੋਂ ਮੈਂ ਤਾਂ ਤੇਰੇ ਕਰਕੇ ਚੁੱਪ ਕਰ ਗਿਆ ਓਏ ਉਹਨਾਂ ਤੋਂ ਨੇ ਸਮਾਨ ਨਹੀਂ ਵੇਚਿਆ ਹੋਣਾ ਜਿੰਨੇ ਆਪਾਂ ਕਤਲ ਕਰਤੇ ਸਹੀ ਗੱਲ ਹੈ ਚਲੋ ਬਈ ਤਾਂ ਐਮਐਲਏ ਕਰਕੇ ਛੱਡਤਾ ਨਹੀਂ ਤਾਂ ਉਹਨੂੰ ਵੀ ਠੋਕ ਦਿੰਦੇ ਸਹੀ ਗੱਲ ਆ ਬਾਈ ਮਾਰਤੇ ਤੇ ਉਹ ਮੇਰੇ ਸਾਲਿਆਂ ਨੇ ਅੱਜ ਤਾਂ ਬਾਪੇ ਟੱਕਰ ਗਏ ਤੇ ਸ਼ੁਕਰਾ ਉਹ ਰੱਬਾ ਜਾਨ ਬਚੀ ਸ਼ੁਕਰਾ ਮਾਲ ਤਾਂ ਮਿਲ ਗਿਆ ਇੰਨਾ ਸ਼ੁਕਰ ਘਰ ਇਹ ਵੀ ਨਾ ਲੈ ਗਏ ਨਾਲ ਨਹੀਂ ਬਾਈ ਮੈਨੂੰ ਗਾਲਾਂ ਕੱਢਦਾ चुप ओए गौरव भी ठोकता दोहे ठोकते मारता बेचारा ओदा भगत बंदा थी जमा चल भाई हाँ चलिए पहले खर्चा ठंड रख ਛੱਡਣੇ ਨੀ ਬਦਲਾ ਲੈਣਾ ਬਦਲਾ ਆਪਣੇ ਹੀਰੇ ਵਰਗੇ ਭਾਈ ਮਾਰਤੇ ਦੋ ਉਹ ਬਾਈ ਜਦ ਇਹਨਾਂ ਨਾਲ ਮੂਕੀ ਹੋਈ ਤੀ ਮਾੜਾ ਮੋਟਾ ਆਪਾਂ ਨੂੰ ਖਬਰ ਤਾਂ ਹੋ ਜਾਂਦੀ ਸਾਂਭ ਲੈਂਦੇ ਉਹ ਬਾਈ ਸਾਰਾ ਕੁਛ ਮੇਰੇ ਕਰਕੇ ਹੋਇਆ ਯਾਰ ਕੀ ਹੋ ਗਿਆ ਬਾਈ ਉਹ ਹੁਸਨ ਫੋਨ ਕਰ ਰਿਹਾ ਤੀ ਮੈਨੂੰ ਮੈਂ ਉਦੋਂ ਚੱਕਿਆ ਨੀ ਮਹਾਂ ਚੱਲ ਫੇਰ ਕਰੂੰ ਉਹ ਜਾ ਯਾਰ ਤੇਰੇ ਵੀ ਆਹ ਗੱਲਾਂ ਨੇ ਮਾਰ ਲਏ ਸੀ ਸਾਡਾ ਹੀਰੇ ਵਰਗਾ ਯਾਰ ਮਰਵਾ ਕੇ ਧਰਤਾ ਓਏ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਸਾਲਾ ਏਡਾ ਕੰਮ ਤਾਂ ਸਾਰੇ ਆਪਾਂ ਕਰੇ ਨੇ ਤੁਹਾਡੇ ਤਾਂ ਸਾਰੇ ਆਪਣੇ ਪਾਏ ਹੋਏ ਨੇ ਉਹ ਵਿਚਾਰੇ ਬਾਈ ਜਿਹੜੀ ਖੁੰਦਕ ਤੀ ਸਾਲੇ ਆਪਣੇ ਨਾਲ ਸਿੱਧੀ ਕੱਢਦੇ ਆਹ ਕੰਮ ਨੀਤੀ ਕਰਨਾ ਉਹਨਾਂ ਨੇ ਓਏ ਉਹਦੀ ਵਿਚਾਰੀ ਮਾਂ ਤੜਫ ਤੜਫ ਮਰ ਜੂ ਏ ਬਾਈ ਕਿਵੇਂ ਜਾਊਂਗਾ ਮੈਂ ਉਹਦੀ ਮਾਂ ਦੇ ਸਾਹਮਣੇ ਯਾਰ ਮੇਰੇ ਤੋਂ ਨਹੀਂ ਜਾਇਆ ਜਾਣਾ ਬਾਈ ਜਿਗਰੀ ਯਾਰ ਤੀ ਮੇਰਾ ਮੇਰੀ ਗੱਲ ਸੁਣ ਲਓ ਬਦਲਾ ਲੈਣਾ ਬਦਲਾ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੂ ਜੇ ਥੋੜ੍ਹੇ ਆਪਾਂ ਠੁੱਕੇ ਹੋ ਗੱਲ ਸੁਣੋ ਮੇਰੀ ਆਈ ਡੀ ਤੋਂ ਲਿਖ ਕੇ ਪਾ 10 ਦਿਨ ਦੇ ਅੰਤਰ ਅੰਤਰ ਜਾਂ ਹੁਣ ਉਹ ਨਹੀਂ ਜਾਂ ਆਪਾਂ ਨਹੀਂ ਸਹੀ ਗੱਲ ਆ ਬਾਈ ਸਾਲਿਆਂ ਦਾ ਕੰਮ ਤਾਂ ਕਰਨਾ ਪਊ ਧਮਕੇ ਸਿੱਧੀ ਠੋਕ ਕੇ ਉਹਨਾਂ ਨੂੰ ਬੇਇੱਜ਼ਤੀ ਆਪਣੀ ਵੀ ਬਹੁਤ ਆ ਹੁਣ ਉਹ ਬੇਇੱਜ਼ਤੀ ਕੀ ਸਾਲਾ ਆਪਣਾ ਭਾਈ ਮਾਰਤਾ ਉਹਨਾਂ ਨੇ ਮੇਰਾ ਤਾਂ ਖੂਨ ਖੋਲਦਾ ਖੂਨ ਪਤਾ ਕਰੋ ਉਹਨਾਂ ਦਾ ਹੁਣੇ ਚੱਲਦੇ ਆ ਮੈਂ ਤਾਂ ਕਹਿਣਾ ਉਹ ਖੜ ਜਾ ਬਾਈ ਮੈਂ ਦੱਸੂਗਾ ਤੁਹਾਨੂੰ ਸਕੀਮ ਲਾ ਕੇ ਵੀ ਕਿਵੇਂ ਕੀ ਕਰਨਾ ਉਹ ਤੂੰ ਫੇਸਬੁੱਕ ਤੇ ਲਿਖ ਕੇ ਤਾਂ ਪਾ ਪਤਾ ਲੱਗ ਜਾਏ ਸਾਲਿਆਂ ਨੂੰ ਲਿਖਿਆ ਗਿਆ ਬਾਈ ਬਸ ਆ ਚੱਕ ਯਾਰ ਚਲੋ ਯਾਰ ਚੱਲੀਏ ਰੋਟੀ ਨੀ ਹੁਣ ਨਿਗਰਦੀ ਹੈਗੀ ਹੁਣ ਰੋਟੀ ਕਿੱਥੇ ਨਿਗਰੂ ਚਲੋ ਯਾਰ ਤੇ ਆ ਕੰਮ ਚ ਪਾਇਆ ਸਾਲੀ ਰੋਟੀ ਵੀ ਚੱਜ ਨਾਲ ਨਸੀਬ ਨਹੀਂ ਹੋਈ ਕਦੇ ਪੁਲਸ ਆ ਜਾਂਦੀ ਆ ਉਹ ਇੰਨੀ ਮਾੜੀ ਖਬਰ ਸੁਣ ਕੇ ਰੋਟੀ ਕਹਿਣ ਲੰਘਦੀ ਆ ਮਿੱਤਰੋ
ਲੱਗਿਆ ਸ਼ੂਟਰ ਦਾ ਐਪੀਸੋਡ 7ਵਾਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਐਪੀਸੋਡ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਕਾਫੀ ਟਾਈਮ ਹੋ ਗਿਆ ਸਬਸਕ੍ਰਾਈਬ ਕਹੀ ਨਹੀਂ ਗਾ ਸਬਸਕ੍ਰਾਈਬ ਵੀ ਕਰ ਲਓ ਅਤੇ ਇੰਸਟਾਗ੍ਰਾਮ ਦਾ ਇੱਥੇ ਲਿੰਕ ਦਿੱਤਾ ਹੋਇਆ ਅਤੇ ਉੱਥੇ ਆਪਾਂ ਪੁੱਛਾਂਗੇ ਵੀ ਸ਼ੂਟਰ ਦੇ ਕਿੰਨੇ ਐਪੀਸੋਡ ਲੈ ਕੇ ਆਈਏ ਸਾਰੇ ਜਣੇ ਜ਼ਰੂਰ ਦੱਸਿਓ ਵੀ ਸ਼ੂਟਰ ਦੇ ਕਿੰਨੇ ਐਪੀਸੋਡ ਲੈ ਕੇ ਆਈਏ 10 ਜਾਂ 12 ਜਾਂ 9